ਹਾਂਜੀ ਸਟੂਡੈਂਟਸ ਵਲਪੰਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਮੈਂ ਪਲੱਸ 2 ਕਲਾਸ ਦੇ ਲਈ ਪੰਜਾਬੀ ਇਲੈਕਟਿਵ ਦੀ ਆਪਾਂ ਜੋ ਤਿਆਰੀ ਕਰ ਰਹੇ ਹਾਂ ਉਹਦੇ ਲਈ ਜਿਹੜੇ ਕਿ ਵੀਰ ਕਾਵ ਦੇ ਵਿੱਚੋਂ ਵੀਰ ਕਾਵ ਦੇ ਵਿੱਚੋਂ ਚੰਡੀ ਦੀ ਬਾਹ ਨਜ਼ਾਵਤ ਦੀ ਬਾਹ ਜੰਗਨਾਵਾ ਸਿੰਘਾਂ ਦੇ ਫਰੰਗੀਆਂ ਸ਼ਾ ਮੁਹਮਮਦੀ ਇਹ ਰਚਨਾ ਇਸ ਨਾਲ ਦੇ ਜਿਹੜੇ ਕਿ ਆਪਾਂ ਵਸਤੂਨਿਸ਼ਟ ਪ੍ਰਸ਼ਨ ਉੱਤਰ ਕਰਾਂਗੇ ਤੇ ਇਹਨਾਂ ਦੇ ਆਪਾਂ ਸੰਖੇਪ ਦੇ ਵਿੱਚ ਵੀਰਵਾ ਵੀ ਜਾਣਾਂਗੇ ਨਾਲ ਦੀ ਨਾਲ ਇਹਨਾਂ ਦਾ ਵਸਤੂਨਿਸ਼ਟ ਕੁਐਸਚਨ ਆਨਸਰ ਕਰਾਂਗੇ ਸੋ ਸਟੂਡੈਂਟਸ ਜਿਹੜੇ ਕਿ ਤੁਹਾਨੂੰ ਵਸਤੂਨਸਟ ਕੁਐਸਚਨ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਤੁਹਾਨੂੰ 20 ਕੁਐਸਚਨ ਆਉਣੇ ਨੇ ਹਰ ਕੁਐਸਚਨ 2 ਮਾਰਕਸ ਦਾ ਹੋਊਗਾ 40 ਮਾਰਕਸ ਦੇ ਤੁਹਾਡੇ ਆਬਜੈਕਟਿਵ ਟਾਈਪ ਕੁਐਸਚਨ ਹੋਣਗੇ ਸੋ ਇਹਨਾਂ ਦੀ ਤਿਆਰੀ ਜਿਹੜੀ ਕਿ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹੀ ਤੁਹਾਡੇ ਪਰਸੈਂਟੇਜ ਵਧਾਉਣਗੇ ਇਹੀ ਘਟਾਉਣਗੇ ਅਗਰ ਤੁਹਾਡੇ ਰੋਂਗ ਹੁੰਦੇ ਨੇ ਸਿੱਧਾ 2 ਮਾਰਕਸ ਕੱਟ ਕੇ ਦੋ ਗਲਤ ਹੋ ਗਏ ਤਾਂ 4 4 ਅੰਕ ਕੱਟੇਗੇ ਸੋ ਜਿਹੜੇ ਕਿ ਇਹਨਾਂ ਦੇ ਵਿੱਚ ਤੁਹਾਨੂੰ ਸ਼ਾਰਟ ਕੁਐਸਚਨ ਹੀ ਆਉਣੇ ਨੇ ਚੰਡੀ ਮਤਲਬ ਕਿ ਚੰਡੀ ਦੀ ਵਾਰ ਹੋਊਗਾ ਜੀ ਮਨਜਾਵਤ ਦੀ ਵਾਰ ਜੰਗਨਾਵ ਸਿੰਘਾਂ ਤੇ ਫਰੰਗਿਆਂ ਇਹਨਾਂ ਦੇ ਵਸਤੂਨਿਸ਼ਟ ਪ੍ਰਸ਼ਨ ਆਨਸਰ ਤੇ ਇਹਨਾਂ ਦੇ ਵਿੱਚੋਂ ਵੀਰ ਕਾਵ ਤੇ ਕਿੱਸਾ ਕਾਵ ਵੀਰ ਕਾਵ ਤੇ ਕਿੱਸਾ ਕਾਵ ਦੇ ਵਿੱਚੋਂ ਸੱਤ ਅੰਕਾਂ ਦਾ ਇੱਕ ਤੁਹਾਨੂੰ ਲੌਂਗ ਕੁਐਸਚਨ ਆਉਣਾ ਉਹ ਕਿਹੜੇ-ਕਿਹੜੇ ਆਉਣਗੇ ਆਪਾਂ ਕਰਾਂਗੇ ਤੇ ਜਿਹੜੇ ਕੇਂਦਰੀ ਭਾਵ ਤੇ ਵਿਆਖਿਆ ਕੇਂਦਰੀ ਭਾਵ ਤੇ ਵਿਆਖਿਆ ਉਹ ਸੂਫੀ ਤੇ ਗੁਰਮਤ ਕਾਵ ਦੇ ਵਿੱਚੋਂ ਆਉਣੀਆਂ ਵਸਤੂਨਿਸ਼ਟ ਕੁਐਸਚਨ ਆਨਸਰ ਸਾਰਿਆਂ ਚੋਂ ਆਉਣਗੇ ਕੇਂਦਰੀ ਭਾਵ ਤੇ ਵਿਆਖਿਆ ਸੂਫੀ ਤੇ ਗੁਰਮਤ ਕਾਵ ਦੇ ਵਿੱਚੋਂ ਆਣਾ ਸੂਫੀ ਕਾਵ ਦੇ ਜਿਹੜੇ ਕਿ ਕੇਂਦਰੀ ਭਾਵ ਨੇ ਇੰਪੋਰਟੈਂਟ ਦੱਸਿਆ ਹੋਇਆ ਵੀ ਕਿਹੜੇ-ਕਿਹੜੇ ਦੇ ਵਿੱਚ ਜ਼ਿਆਦਾ ਫੇਮਸ ਮਤਲਬ ਕਿ ਜ਼ਿਆਦਾ ਇੰਪੋਰਟੈਂਟ ਨਹੀਂ ਜਿਹੜੇ-ਜਿਹੜੇ ਸੂਫੀ ਕਾਵ ਦੇ ਕੇਂਦਰੀ ਭਾਵ ਉਹ ਕਰਵਾ ਚੁੱਕੇ ਆਪਾਂ ਤੇ ਉਹਨਾਂ ਦੀ ਵਸਤੂਨਿਸ਼ਟ ਕੁਸ਼ਨ ਆਨਸਰ ਵੀ ਕਰਵਾ ਚੁੱਕੇ ਆ। ਆਪਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਉਹਨੂੰ ਜ਼ਰੂਰ ਵਾਚ ਕਰੋ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਹੁਣ ਇਹਦੇ ਵਿੱਚ ਆਪਾਂ ਕਰਾਂਗੇ ਵੀਰ ਕਾਵ ਤੇ ਨੈਕਸਟ ਵੀਡੀਓ ਵਿੱਚ ਆਪਾਂ ਕਰਾਂਗੇ ਕਿੱਸਾ ਕਾਵ। ਤੇ ਇਹ ਜਿੱਥੇ ਪਲੱਸ 2 ਵਾਲਿਆਂ ਲਈ ਇੰਪੋਰਟੈਂਟ ਹੈ ਇਸ ਤੋਂ ਲਾਵਾ ਮਾਸਟਰ ਕੈਡਰ ਪੰਜਾਬੀ ਲੈਕਚਰਰ ਪੰਜਾਬੀ ਤੇ ਅਦਰ ਕੈਂਡੀਡੇਟਸ ਜੋ ਪੰਜਾਬੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਵੀ ਇਹ ਵੀਡੀਓ ਇੰਪੋਰਟੈਂਟ ਹੈ ਹਾਂਜੀ ਵੀਰ ਕਾਪ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਚੰਡੀ ਦੀ ਵਾਰ ਤੇ ਚੰਡੀ ਦੀ ਵਾਰ ਹੀ ਤੁਹਾਨੂੰ ਜਿਹੜੇ ਕਿ 7 ਅੰਕਾਂ ਨਾਲ ਜਿਹੜਾ ਕੁਐਸਚਨ ਆ ਉਹਦੇ ਲਈ ਵੀ ਇੰਪੋਰਟੈਂਟ ਆ ਜੋ ਤੁਹਾਨੂੰ ਲੌਂਗ ਕੁਐਸਚਨ ਆਉਣਾ 7 ਅੰਕਾਂ ਨਾਲ ਉਹਦੇ ਲਈ ਵੀ ਚੰਡੀ ਦੀ ਵਾਰ ਇੰਪੋਰਟੈਂਟ ਆ ਤੇ ਕਿੱਸਾ ਕਾਪ ਵਾਲੇ ਚੋਣੇ ਨੇ ਇਹਨਾਂ ਦੋਨਾਂ ਚੋਣੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ 1666 ਤੋਂ ਲੈ ਕੇ 1708 ਈਸਵੀ ਤੱਕ ਇਹਦਾ ਸਾਰਿਆਂ ਨੂੰ ਵੈਸੇ ਯਾਦ ਹੈ ਤਾਂ ਜਨਮ ਪਟਨਾ ਦੇ ਵਿੱਚ ਹੋਇਆ ਬਿਹਾਰ ਦੇ ਵਿੱਚ ਹੋਇਆ ਤੇ ਗੁਰਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਗੁਰੂ ਜੀ ਦੇ ਪਿਤਾ ਜੀ ਸਨ ਤੇ ਮਾਤਾ ਜੀ ਮਾਤਾ ਗੁਜਰਕੌਰ ਜੀ ਤੇ ਬਚਪਨ ਦੇ 6 ਸਾਲ ਉਹਨਾਂ ਨੇ ਜਿਹੜੇ ਕਿ ਪਟਨਾ ਵਿੱਚ گزارੇ ਨੇ ਫਿਰ 1100 1673 ਦੇ ਵਿੱਚ ਅਨੰਦਪੁਰ ਸਾਹਿਬ ਗਏ 1673 ਚ ਤਾਂ ਉਹਨਾਂ ਨੇ ਸੰਸਕ੍ਰਿਤ ਫਾਰਸੀ ਤੇ ਗੁਰਮੁਖੀ ਦੀ ਵਿਦਿਆ ਨਾਲ ਨਾਲ ਘੋੜਸਵਾਰੀ ਤੀਰਅੰਦਾਜ਼ੀ ਤੇ ਹੋਰ ਜਿਹੜੇ ਕਿ ਕਰਤੱਬੀ ਸਿੱਖੇ ਇਹ ਆਪਾਂ ਕਿਉਂ ਕਰ ਰਹੇ ਹਾਂ ਕਿਉਂਕਿ ਜਦੋਂ ਤੁਸੀਂ ਚੰਡੀ ਦੀ ਵਾਰ ਕਰੋਗੇ ਉਹਦੇ ਵਿੱਚ ਤੁਸੀਂ ਵੇਰਵਾ ਦੇ ਸਕਦੇ ਹੋ ਇਹਨਾਂ ਬਾਰੇ ਵੀ ਵੇਰਵਾ ਦੇਣਾ ਮਤਲਬ ਕਿ ਜਿਹੜੇ ਕਿ ਰਚਨਾਕਰ ਨੇ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਰਚਨਾ ਚੰਡੀ ਦੀ ਵਾਰ ਜਦੋਂ ਚੰਡੀ ਦੀ ਵਾਰ ਦਾ ਲੌਂਗ ਕੁਐਸਚਨ ਆਉਂਦਾ ਤਾਂ ਉਹਦੇ ਵਿੱਚ ਤੁਸੀਂ ਇਹ ਵਾਲੇ ਵੇਰਵਾ ਦੇ ਸਕਦੇ ਹੋ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜੇ ਕਿ ਰਚਨਾਵਾਂ ਨੇ ਵੇਰੀ ਵੇਰੀ ਇੰਪੋਰਟੈਂਟ ਕੁਐਸਚਨ ਇਹ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਰਚਨਾਵਾਂ ਨੇ ਹੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਸਗੋਂ ਉਹਨਾਂ ਦੇ ਸਾਰੇ ਰਚਨਾਵਾਂ ਕਿਹਦੇ ਵਿੱਚ ਦਰਜ ਨੇ ਦਸਮ ਗ੍ਰੰਥ ਦੇ ਵਿੱਚ ਦਸਮ ਗ੍ਰੰਥ ਦਾ ਸੰਪਾਦਨ ਭਾਈ ਮਨੀ ਸਿੰਘ ਨੇ ਕੀਤਾ 1721 ਈਸਵੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਰਚਨਾਵਾਂ ਦਸਮ ਗ੍ਰੰਥ ਦੇ ਵਿੱਚ ਸ਼ਾਮਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਤੇ ਜਾਪ ਸਾਹਿਬ ਅਕਾਲ ਉਸਤਤ ਬਚਿਤ੍ਰਨਾਟਕ ਗਿਆਨ ਪ੍ਰਵੋਧ ਚੌਪਈਆ ਸ਼ਬਦ ਹਜ਼ਾਰੇ ਰਾਮ ਕਲੀ ਸਵਈਆ ਸ਼ਾਸਤਰਨਾਮਾ ਤ੍ਰਿਅਚਰਿਤ ਇਹ ਕਾਇਤਾ ਇਹ ਸਾਰੀਆਂ ਰਚਨਾਵਾਂ ਜਿਹੜੀ ਕਿ ਸ਼ਮਲ ਨੇ ਦਸਮ ਗ੍ਰੰਥ ਦੇ ਵਿੱਚ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਜ਼ਿਆਦਾਤਰ ਰਚਨਾ ਵ੍ਰਿਜ ਭਾਸ਼ਾ ਦੇ ਵਿੱਚ ਆ ਤੇ ਉਹਨਾਂ ਦੀ ਰਚਨਾ ਜਿਹੜੀ ਜਫਰਨਾਮਾ ਜਫਰਨਾਮਾ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਤੇ ਇਹ ਜਫਰਨਾਮਾ ਜਿਹੜੀ ਕਿ ਔਰੰਗਜ਼ੇਬ ਨੂੰ ਸੰਬੋਧਿਤ ਕਰਕੇ ਲਿਖਿਆ ਸੀ ਉਸ ਤੋਂ ਇਲਾਵਾ ਸ਼ਬਦ ਹਜ਼ਾਰੇ ਇੱਕ ਸ਼ਬਦ ਇੱਕ ਸ਼ਬਦ ਇੱਕ ਖਿਆਲ ਤੇ ਚੰਡੀ ਦੀ ਵਾਰ ਚੰਡੀ ਦੀ ਵਾਰ ਇੱਕ ਸ਼ਬਦ ਇੱਕ ਖਿਆਲ ਇਹ ਪੰਜਾਬੀ ਭਾਸ਼ਾ ਚ ਨਹੀਂ ਤੇ ਚੰਡੀ ਦੀ ਵਾਰ ਦੇ ਵਿੱਚ ਦੇਵੀ ਦੇਵਤਿਆਂ ਦਾ ਦੈਨਤਾ ਦੇ ਨਾਲ ਜਿਹੜਾ ਯੁੱਧਾ ਉਹ ਦਿਖਾਇਆ ਗਿਆ ਜਿਦੇ ਵਿੱਚ ਨੇਕੀ ਤੇ ਵਦੀ ਦੇ ਯੁੱਧ ਨੂੰ ਪੇਸ਼ ਕੀਤਾ ਗਿਆ ਤੇ ਅਖੀਰ ਦੇ ਵਿੱਚ ਨੇਕੀ ਦੀ ਜਿੱਤ ਹੁੰਦੀ ਹੈ ਹੁਣ ਨੇਕੀ ਦਾ ਪ੍ਰਤੀਕ ਕੌਣ ਨੇ ਦੁਰਗਾ ਦੇਵੀ ਮਤਲਬ ਕਿ ਨੇਕੀ ਦੀ ਜਿੱਤ ਹੁੰਦੀ ਹੈ ਕਿਹਦੇ ਦੇ ਵਦੀ ਤੇ ਵਦੀ ਕੌਣ ਆਗੇ ਰਕਸ਼ ਤਾਂ ਚੰਡੀ ਦੀ ਵਾਰ ਦੇ ਵਿੱਚੋਂ ਰਾਧਨਾ ਤ੍ਰੇਤਾ ਯੁੱਗ ਇੰਦਰ ਦਾ ਅ ਦੁਰਗਾ ਕੋਲ ਫਰਿਆਦ ਲੈ ਕੇ ਆਉਣਾ ਦੁਰਗਾ ਦੇ ਗੁੱਸੇ ਦੇ ਵਿੱਚ ਆਉਣਾ ਤੇ ਰਣ ਭੂਮੀ ਦੇ ਵਿੱਚ ਜਿਹੜੇ ਕਿ ਜੋ ਪੇਸ਼ ਕੀਤਾ ਗਿਆ ਉਹਨੇ ਬਾਰੇ ਜਿਹੜੇ ਕਿ ਤੁਹਾਡੀ ਪਾਰਟ ਪੋਸਟ ਕਰੇ ਵਿੱਚ ਇਹ ਬੰਦ ਸ਼ਾਮਿਲ ਕੀਤੇ ਗਏ ਨੇ ਚੰਡੀ ਦੀ ਵਾਰ ਕਿਉਂਕਿ ਜਿਹੜੇ ਕਿ ਰਚਨਾਕਾਰ ਬਾਰੇ ਵੀ ਤੁਹਾਨੂੰ ਕੁਐਸਚਨ ਆ ਸਕਦੇ ਨੇ ਹੁਣ ਆਪਾਂ ਕਰਦੇ ਹਾਂ ਜਿਹੜੇ ਵਸਤੂ ਨਿਸਟ ਕੁਐਸਚਨ ਆਨਸਰ ਨੇ ਚੰਡੀ ਦੀ ਵਾਰ ਕਿਸ ਦੀ ਰਚਨਾ ਹੈ ਚੰਡੀ ਦੀ ਵਾਰ ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਤੁਸੀਂ ਅਨਸਰ ਐਗਜ਼ਾਮ ਦੇ ਵਿੱਚ ਪੂਰਾ ਦੇਣਾ ਚੰਡੀ ਦੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਹਰ ਇੱਕ ਜਿਹੜੇ ਕਿ ਪੂਰੇ ਵਾਰ ਵਿੱਚ ਲਿਖਣਾ ਅਨਸਰ ਅਗਲਾ ਕੁਸ਼ਨ ਹੈ ਚੰਡੀ ਦੀ ਵਾਰ ਦੇ ਮੰਗਲਾ ਚਰਨ ਵਿੱਚ ਕੁੱਲ ਕਿੰਨੇ ਸਿੱਖ ਗੁਰੂਆਂ ਸਹਿਬਾਨਾਂ ਦਾ ਜ਼ਿਕਰ ਹੈ ਕਿੰਨੇ ਗੁਰੂ ਸਹਿਬਾਨਾਂ ਦਾ ਜ਼ਿਕਰ ਹੈ ਤਾਂ ਅੰਤਰਵਗਾ 9 ਪੂਰਾ ਅੰਕ ਲਿਖਣਾ ਚੰਡੀ ਦੀ ਵਾਰ ਦੇ ਮੰਗਲਾ ਚਰਨ ਵਿੱਚ ਕੁੱਲ 9 ਸਿੱਖ ਗੁਰੂ ਸਾਹਿਬਾਨਾਂ ਦਾ ਜ਼ਿਕਰ ਹੈ ਅਗਲਾ ਹੈ ਚੰਡੀ ਦੀ ਵਾਰ ਵਿੱਚ ਕਿਹੜੇ-ਕਿਹੜੀਆਂ ਧਿਰਾਂ ਦਰਮਿਆਨ ਜਿਹੜੀ ਕਿ ਲੜਾਈ ਕਿਹੜੀਆਂ ਦੋ ਧਿਰਾਂ ਦਰਮਿਆਨ ਹੁੰਦੀ ਆ ਤਾਂ ਦੋ ਧਿਰਾਂ ਸੀ ਜਿਹਨਾਂ ਵਿਚਕਾਰ ਜਿਹੜੀ ਕਿ ਲੜਾਈ ਹੋਈ ਸੀ ਉਹ ਹੋਈ ਸੀ ਇਹਦੇ ਵਿੱਚ ਦੁਰਗਾ ਦੇਵੀ ਤੇ ਰਾਖਸ਼ਾਂ ਵਿਚਕਾਰ ਅਨਸਰ ਦੁਰਗਾ ਦੇਵੀ ਤੇ ਰਕਸ਼ਾ ਵਿਚਕਾਰ ਦੇ ਦਰਮਿਆਨ ਜਿਹੜੀ ਕਿ ਲੜਾਈ ਹੋਈ ਅੱਗੇ ਹੈ ਦੇਵਤੇ ਕਿਸ ਦੀ ਅਗਵਾਈ ਵਿੱਚ ਰਕਸ਼ ਨਾਲ ਲੜਾਈ ਕਰਦੇ ਨੇ ਤਾਂ ਦੇਵਤੇ ਜਿਹੜੇ ਕਿ ਦੁਰਗਾ ਦੇਵੀ ਦੀ ਅਗਵਾਈ ਦੇ ਵਿੱਚ ਰਕਸ਼ ਨਾਲ ਲੜਾਈ ਕਰਦੇ ਨੇ ਤਾਂ ਅਨਸਰ ਆਊਗਾ ਦੁਰਗਾ ਦੇਵੀ ਉਦੋਂ ਬਾਅਦ ਅਗਲਾ ਕੁਐਸਚਨ ਦੋਹਾਂ ਧਿਰਾਂ ਦਰਮਿਆਨ ਲੜਾਈ ਤੋਂ ਪਹਿਲਾਂ ਕੀ ਕੀ বাজਾਇਆ ਜਾਂਦਾ ਤਾਂ ਦੁਰਗਾ ਦੇਵੀ ਦੇ ਰਾਕਸ਼ਾਂ ਵਿਚਕਾਰ ਜਦੋਂ ਲੜਾਈ ਹੁੰਦੀ ਹੈ ਨੇਕੀ ਤੇ ਬਦੀ ਦੇ ਵਿਚਕਾਰ ਤਾਂ ਪਹਿਲਾਂ ਕੀ বাজਾਇਆ ਜਾਂਦਾ ਤਾਂ ਆਨਸਰ ਆਊਗਾ ਇਹਦੇ ਵਿੱਚ বাজਾਇਆ ਜਾਂਦਾ ਸੀ ਤਾਂ ਅਗਿਆ ਢੋਲ ਤੇ ਨਗਾਰੇ ਢੋਲ ਤੇ ਨਗਾਰੇ বাজਾਇਆ ਜਾਂਦੇ ਸੀ ਅੱਗੇ ਹੈ ਵਾਰਤੋਂ ਕੀ ਭਾਵ ਆ ਲੜਾਈ ਨੂੰ ਬਿਆਨ ਕਰਨ ਵਾਲੀ ਵੀਰ ਰਸੀ ਕਪਤਨ ਨੂੰ ਕੀ ਕਿਹਾ ਜਾਂਦਾ ਵਾਰ ਕਿਹਾ ਜਾਂਦਾ ਵਾਰ ਮਤਲਬ ਕਿ ਜਿਹਦੇ ਵਿੱਚ ਲੜਾਈ ਨੂੰ ਬਿਆਨ ਕੀਤਾ ਜਾਂਦਾ ਇੱਕ ਕਪਤਾ ਦੇ ਵਿੱਚ ਤੋਂ ਦੇ ਵੀਰ ਰਸੀ ਕਪਤਾਨ ਨੂੰ ਵਾਰ ਕਿਹਾ ਗਿਆ ਅਗਲਾ ਹੈ ਤੈਹੀਂ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ ਤੋ ਕੀ ਭਾਵ ਤਾ ਇਹਦਾ ਆਨਸਰ ਹੈ ਪਰਮਾਤਮਾ ਨੇ ਦੁਰਗਾ ਨੂੰ ਪੈਦਾ ਕਰਕੇ ਦੁਰਗਾ ਦੇਵੀ ਨੂੰ ਪੈਦਾ ਕਰਕੇ ਰਕਸ਼ਾ ਦਾ ਜਿਹੜਾ ਕਿ ਨਾਸ਼ ਕਰਵਾਇਆ ਹੈ ਅਗਲਾ ਹੈ ਮਹਿਕਾ ਅਤੇ ਮਹਿਕਾ ਸੁਰ ਕੌਣ ਸਨ ਮਹਿਕਾ ਤੇ ਮਹਿਕਾ ਸੁਰ ਸਨ ਰਕਸ਼ ਤਾਂ ਆਨਸਰ ਆ ਜੂਗਾ ਰਕਸ਼ ਰਕਸ਼ਸਨ ਇਸ ਤਰ੍ਹਾਂ ਕੁਝ ਹੋਰ ਇੰਪੋਰਟੈਂਟ ਕੁਐਸਚਨ ਦੇਖਦੇ ਆਂ ਚੰਡੀ ਦੀ ਵਾਰ ਦੇ ਵਿੱਚ ਨੇਕੀ ਦਾ ਪ੍ਰਤੀਕ ਕਿਸ ਨੂੰ ਦਿਖਾਇਆ ਗਿਆ ਤਾਂ ਚੰਡੀ ਦੀ ਵਾਰ ਦੇ ਵਿੱਚ ਨੇਕੀ ਦਾ ਪ੍ਰਤੀਕ ਦਿਖਾਇਆ ਗਿਆ ਦੇਵਤਿਆਂ ਨੂੰ ਭਾਵ ਕੀ ਦੁਰਗਾ ਦੇਵੀ ਨੂੰ ਦੁਰਗਾ ਦੇਵੀ ਆਨਸਰ ਮੈਂ ਦੁਰਗਾ ਦੇਵੀ ਹੀ ਆਊਗਾ ਅਗਲਾ ਹੈ ਚੰਡੀ ਦੀ ਵਾਰ ਦੇ ਵਿੱਚ ਵਦੀ ਦਾ ਪ੍ਰਤੀਕ ਕਿ ਨੂੰ ਦਿਖਾਇਆ ਵਦੀ ਦਾ ਪ੍ਰਤੀਕ ਦਿਖਾਇਆ ਰਕਸ਼ਾ ਨੂੰ ਨੈਕਸਟ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਵਿੱਚ ਕਿਹੜੇ ਕਾਵ ਰੂਪ ਦੇ ਵਿੱਚ ਲਿਖੀ ਹੈ ਇਹ ਤਾਂ ਇਹ ਲਿਖਿਆ ਵਾਰ ਕਾਵ ਰੂਪ ਦੇ ਵਿੱਚ ਚੰਡੀ ਦੀ ਵਾਰ ਕਿਦੇ ਵਿੱਚ ਆ ਵਾਰ ਕਾਵ ਰੂਪ ਦੇ ਵਿੱਚ ਆ ਤੇ ਭਾਸ਼ਾ ਇਹਦੀ ਪੰਜਾਬੀ ਆ ਅੱਗੇ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮਗਰੋਂ ਕਿਹੜੇ ਕਵੀ ਨੇ ਵੀਰ ਰਸੀ ਵਾਰ ਦੀ ਰਚਨਾ ਕੀਤੀ ਆ ਤਾਂ ਉਹ ਕੀਤੀ ਆ ਨਜਾਵਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਆ ਜਿਹੜੇ ਕਿ ਨਜਾਵਤ ਨੇ ਵੀਰ ਰਸੀ ਵਾਰ ਦੀ ਰਚਨਾ ਕੀਤੀ ਆ ਅਗਲਾ ਹੈ ਚੰਡੀ ਦੀ ਵਾਰ ਦੀ ਮੁੱਖ ਪਾਤਰ ਕੌਣ ਆ ਜਾਂ ਨਾਇਕਾ ਕੌਣ ਆ ਤਾਂ ਦੁਰਗਾ ਦੇਵੀ ਦੁਰਗਾ ਦੇਵੀ ਚੰਡੀ ਦੀ ਵਾਰ ਦੀ ਨਾਇਕਾ ਜਾਂ ਮੁੱਖ ਪਾਤਰ ਦੇਵਤਾ ਦਾ ਰਾਜਾ ਕੌਣ ਸੀ ਤਾਂ ਦੇਵਤਾ ਦਾ ਰਾਜਾ ਸੀ ਇੰਦਰ ਕਲਯੁਗੀ ਸੁਭਾਅ ਵਿੱਚ ਕਿਸ ਨੇ ਡੋਰੂ বাজਾਇਆ ਤਾਂ ਕਲ ਤੇ ਨਾਰਦ ਨੇ ਇਹਨਾਂ ਦੋਨਾਂ ਨੇ ਜਿਹੜੇ ਕਿ ਡੋਰੂ বাজਾਇਆ ਅਕੇ ਚੰਡੀ ਦੀ ਵਾਰ ਤੋਂ ਬਾਅਦ ਨਜਾਵਤ ਨਜਾਵਤ ਦੀ ਰਚਨਾ ਪੰਜਾਬੀ ਵਾਰ ਸਾਹਿ ਦੇ ਵਿੱਚ ਨਜਾਵਤ ਦਾ ਵਿਸ਼ੇਸ਼ ਸਥਾਨ ਹੈ ਇਹ ਪਤਾ ਕਰ ਰਹੇ ਕਿਉਂਕਿ ਇਹ ਫਿਰ 7 ਅੰਕਾਂ ਦੇ ਵਿੱਚ ਜਿਹੜੇ ਕੁਸ਼ਚਨ ਆਉਣੇ ਨੇ ਤੁਹਾਨੂੰ ਵੀਰ ਰਸੀ ਤੇ ਵੀਰ ਕਾਵ ਤੇ ਕਿੱਸਾ ਕਾਵ ਦੇ ਵਿੱਚ ਉਹਨਾਂ ਲਈ ਜ਼ਰੂਰੀ ਹੋਣਗੇ ਤਾਂ ਇਹਨਾਂ ਦਾ ਜਨਮ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਤੇ ਵਿਦਵਾਨਾਂ ਦੇ ਰਾਏ ਦੇ ਅਨਸਾਰ ਨਜਾਬਤ ਦਾ ਜਿਹੜਾ ਕਿ ਜਨਮ 19ਵੀਂ ਸਦੀ ਦੇ ਪਹਿਲੇ ਅੱਧ ਦੇ ਵਿੱਚ ਹੋਇਆ ਜ਼ਿਲ੍ਹਾ ਸ਼ਾਹਪੂਰ ਦੇ ਵਿੱਚ ਪਿੰਡ ਮਦੀਲਾ ਹਰਲਾ ਦੇ ਵਿੱਚ ਤੇ ਨਾਦਰ ਸ਼ਾਹ ਨੇ ਦੇ ਇਹਦੇ ਵਿੱਚ ਜਿਹੜੀ ਨਜਾਬਤ ਦੀ ਵਾਰ ਇਹਦੇ ਵਿੱਚ ਉਹਨੇ ਨਾਦਰ ਸ਼ਾਹ ਜਿਹੜਾ ਈਰਾਨ ਦਾ ਬਾਦਸ਼ਾਹ ਸੀ ਉਹਦੇ ਹਮਲੇ ਦਾ ਜ਼ਿਕਰ ਕੀਤਾ ਤੇ ਉਹਦਾ ਹਮਲਾ ਜਿਹੜਾ ਕਿ ਤਾਂ ਇਹਨੇ ਹਮਲਾ ਕੀਤਾ ਸੀ 1739 ਦੇ ਵਿੱਚ ਨਾਦਰ ਸ਼ਾਹ ਦੇ ਜਿਹੜਾ 1739 ਈਸਵੀ ਦੇ ਵਿੱਚ ਹਮਲਾ ਕੀਤਾ ਸੀ ਉਹਨੇ ਉਹਦਾ ਇਹਦੇ ਵਿੱਚ ਵਰਣਨ ਕੀਤਾ ਹੋਇਆ। ਤਨ ਆਦਰ ਸ਼ਾਹ ਨੇ ਭਾਰਤ ਦੇ ਹਮਲੇ ਦਾ ਵਰਣਨ ਕੀਤਾ ਹੋਇਆ ਇਹਦੇ ਵਿੱਚ ਅ ਇਹਦੀ ਵਾਰ ਇਹ ਜਿਹੜੀ ਨਜਾਬਤ ਦੀ ਵਾਰ ਦੀ ਬੋਲੀ ਦੀ ਬੋਲੀ ਉਹ ਬਹੁਤ ਜ਼ਿਆਦਾ ਤਿੱਖੀ ਸੁਰ ਵਾਲੀ ਹੈ ਤੇ ਨਾਟਕੀ ਰੰਗਣ ਵਾਲੀ ਹੈ। ਤੇ ਯੁੱਧਾ ਦ੍ਰਿਸ਼ਣ ਦਾ ਵਰਣਨ ਵੀਰ ਰਸੀ ਭਾਵ ਦੇ ਨਾਲ ਕੀਤਾ ਗਿਆ। ਚੰਡੀ ਦੀ ਵਾਰ ਤੋਂ ਬਾਅਦ ਵੀਰ ਰਸ ਦਾ ਜਿਹੜਾ ਕਿ ਉੱਤਮ ਨਮੂਨਾ ਕਹੀ ਜਾ ਸਕਦੀ ਹੈ ਨਜਾਬਤ ਦੀ ਵਾਰ। ਤਨਜਾਬਤ ਦੀ ਵਾਰ ਦੇ ਵਿੱਚ ਅਟਕ ਤੋਂ ਨਾਦਰ ਸ਼ਾਹ ਦਾ ਕੋਚ ਕਰਨਾ ਅ ਰਾਵੀ ਕੰਡੇ ਦੀ ਲੜਾਈ ਨਵਾਬ ਲਾਹੌਰ ਦਾ ਹਾਰ ਮੰਨਣਾ ਕਰਨਾਲ ਦੀ ਲੜਾਈ ਇਹਨਾਂ ਨਾਲ ਜਿਹੜੇ ਕਿ ਸਬੰਧਿਤ ਬੰਦ ਆ ਜਿਹੜੇ ਕਿ ਪਲੱਸ 2 ਕਲਾਸ ਦੇ ਸਿਲੇਬਸ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ ਹੁਣ ਵਸਤੂਨਿਸ਼ਟ ਕੁਐਸਚਨ ਆਨਸਰ ਨਜ਼ਾਵਾਦੀ ਵਾਰ ਵਿੱਚ ਭਾਰਤ ਉੱਪਰ ਕਿਹੜੇ ਬਾਦਸ਼ਾਹ ਦੇ ਹਮਲੇ ਦਾ ਜ਼ਿਕਰ ਕੀਤਾ ਗਿਆ ਤਾਂ ਨਾਦਰ ਸ਼ਾਹ ਦੇ ਨਾਦਰ ਸ਼ਾਹ ਜਿਹੜਾ ਈਰਾਨ ਦਾ ਬਾਦਸ਼ਾਹ ਸੀ ਉਹਦੇ ਹਮਲੇ ਦਾ ਵਰਣਨ ਕੀਤਾ ਗਿਆ ਈਰਾਨੀ ਸੀ ਇਹ ਈਰਾਨ ਦਾ ਸੀ 1739 ਦੇ ਵਿੱਚ ਇਹਦੇ ਹਮਲੇ ਦਾ ਜ਼ਿਕਰ ਕੀਤਾ ਤੇ ਕਈ ਵਾਰ 1738 ਵੀ ਮਿਲਦਾ ਅਗਲਾ ਹੈ اٹਕ ਤੋਂ ਆਦਰਸ਼ਾ ਦਾ ਕੋਚ ਕਰਨ ਦੇ ਆਧਾਰ ਤੇ ਦੱਸੋ ਕਿ اٹਕ ਤੋਂ ਪਹਿਲਾਂ ਆਦਰਸ਼ਾ ਕਿਹੜੇ ਇਲਾਕੇ ਤੇ ਜਿਤ ਕੇ ਕੀ ਆਉਂਦਾ ਤਾਂ ਅਨਸਰ ਆ ਜਾਊਗਾ ਖਟਕ ਕੇ ਬੇ ਗਖੜ ਤੇ ਪੈਣੀ ਇਹ ਸਾਰੇ ਇਲਾਕੇ ਜਿਤ ਕੇ ਜਿਹੜੇ ਕੀ ਆਉਂਦਾ ਅਗਲਾ ਹੈ 라ਵੀ ਕੰਡੇ ਦੀ ਲੜਾਈ ਤੁਹਾਡੀ ਪਾਠ ਪੁਸਤਕ ਅਨੁਸਾਰ ਇਹ ਵੀਰ ਰਸ ਚ ਲੇ ਕਿਸ ਕਾ ਕਿਸ ਵਾਰਕ ਆਪਦੇ ਵਿੱਚੋਂ ਲਿਆ ਗਿਆ ਤਾਂ ਰਾਵੀ ਕੰਡੇ ਦੀ ਲੜਾਈ ਜਿਹੜੀ ਕਿ ਇਹ ਆ ਕਿਹੜੇ ਕਾਬ ਦੇ ਵਿੱਚੋਂ ਲਿਆ ਗਿਆ ਤਾਂ ਹੀ ਲਿਆ ਗਿਆ ਨਜ਼ਾਵਤ ਦੀ ਵਾਰ ਦੇ ਵਿੱਚੋਂ ਨਜ਼ਾਵਤ ਦੀ ਵਾਰ ਤੇ ਨਜ਼ਾਵਤ ਦੀ ਵਾਰ ਨੂੰ ਨਾਦਰ ਸ਼ਾਹ ਦੀ ਵਾਰ ਵੀ ਕਹਿੰਦੇ ਨੇ ਮਤਲਬ ਕਿ ਕਰਤਾ ਇਹਦਾ ਨਜ਼ਾਵਤ ਆ ਤੇ ਉਹਨੇ ਜਿਹਦਾ ਵਿੱਚ ਵਰਣਨ ਕੀਤਾ ਉਹ ਨਾਦਰ ਸ਼ਾਹ ਦਾ ਕੀਤਾ ਤਾਂ ਕਰਕੇ ਨੂੰ ਨਜ਼ਾਵਤ ਦੀ ਵਾਰ ਵੀ ਕਿਹਾ ਜਾਂਦਾ ਤੇ ਨਾਦਰ ਸ਼ਾਹ ਦੀ ਵਾਰ ਵੀ ਕਿਹਾ ਜਾਂਦਾ ਨਾਦਰ ਸ਼ਾਹ ਦੀ ਵਾਰ ਵੀ ਆਨਸਰ ਲਿਖ ਸਕਦੇ ਹੋ ਦੋਨੋਂ ਠੀਕ ਜਾਣਗੇ ਜਿਹੜਾ ਮਰਜ਼ੀ ਕਰ ਲਓ ਤੁਸੀਂ ਅੱਗੇ ਹੈ ਨਜ਼ਾਵਤ ਦੀ ਵਾਰ ਦੇ ਵਿੱਚ ਕਿਹੜੇ ਦੇ ਸੀ ਮਹੀਨੇ ਦਾ ਜ਼ਿਕਰ ਹੋਇਆ ਤਾਂ ਇਸ ਵਾਰ ਦੇ ਵਿੱਚ ਸਾਵਨ ਤੇ ਭਾਦਰੋਂ ਸਾਵਨ ਤੇ ਭਾਦਰੋਂ ਭਾਦਰੋਂ ਨੂੰ ਭਾਦੋਂ ਵੀ ਕਹਿੰਦੇ ਨੇ ਭਾਦਰੋਂ ਜਾਂ ਭਾਦੋਂ ਲਿਖ ਲਓ ਤੁਸੀਂ ਜਾਂ ਭਾਦਰੋਂ ਇਹਦਾ ਜ਼ਿਕਰ ਹੋਇਆ ਅਗਲਾ ਹੈ ਨਜ਼ਾਵਤ ਦੀ ਲੜਾਈ ਦੇ ਵਿੱਚ ਕਰਨਾਲ ਦੀ ਨਜ਼ਾਵਤ ਦੀ ਵਾਰ ਕਰਨਾਲ ਦੀ ਲੜਾਈ ਸਮੇਂ ਕਿਹੜੇ ਪਸ਼ੂ ਜੰਗ ਦੇ ਮੈਦਾਨ ਦੇ ਵਿੱਚ ਉਤਰੇ ਸਨ ਤਾਂ ਇਸ ਵਾਰ ਦੇ ਵਿੱਚ ਘੋੜੇ ਊਠ ਤੇ ਹਾਥੀ ਇਹ ਪਸ਼ੂ ਜੰਗ ਦੇ ਮੈਦਾਨ ਦੇ ਵਿੱਚ ਉਤਰ ਦਿਖਾਏ ਗਏ ਨੇ ਘੋੜੇ ਊਠ ਤੇ ਹਾਥੀ ਲਾਸਟ ਵਨ ਇਜ਼ ਸ਼ਾ ਮੁਹੰਮਦ ਸ਼ਾ ਮੁਹੰਮਦ ਜਿਹੜੇ ਕਿ ਜੰਗਦਾਵਾ ਸਿੰਘਾਂ ਦੇ ਫਰੰਗੀਆਂ ਸਭ ਤੋਂ ਪਹਿਲਾਂ ਤੇ ਇਹੀ ਕੁਐਸਚਨ ਮੇਨ ਬਣਦਾ ਹੈ ਕਿ ਪੰਜਾਬੀ ਸਾਹਿਦ ਦਾ ਕੌਮੀ ਸ਼ਾਇਰ ਕਿਹਨੂੰ ਕਿਹਨੂੰ ਕਿਹਾ ਜਾਂਦਾ ਤਾਂ ਉਹ ਕਿਹਾ ਜਾਂਦਾ ਸ਼ਾ ਮੁਹੰਮਦ ਨੂੰ ਸ਼ਾ ਮੁਹੰਮਦ ਨੂੰ ਕੀ ਕਿਹਾ ਜਾਂਦਾ ਤਾਂ ਕੌਮੀ ਸ਼ਾਇਰ ਕਿਹਾ ਜਾਂਦਾ ਇਹ ਲਾਈਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਇਹਦਾ ਜਨਮ ਬੜਾਲਾ ਪਿੰਡ ਵੀਰਮ ਜిల్లా ਅੰਮ੍ਰਿਤਸਰ ਦੇ ਵਿੱਚ ਹੋਇਆ ਤੇ ਇਹਦੀ ਰਚਨਾ ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ ਜਾਂ ਇਸ ਲੜਾਈ ਨੂੰ ਜੰਗਨਾਮਾ ਸ਼ਾਹ ਮੁਹੰਮਦ ਵੀ ਕਿਹਾ ਜਾਂਦਾ ਮਤਲਬ ਕਿ ਇਹ ਜੰਗ ਅੰਗਰੇਜ਼ਾਂ ਤੇ ਸਿੰਘਾਂ ਦੀ ਲੜਾਈ ਹੈ ਜਿਹੜੀ ਕੀ ਮਸ਼ਹੂਰ ਹੋਈ ਆ ਕਿਹੜੇ ਨਾਮ ਦੇ ਨਾਲ ਜੰਗਨਾਮਾ ਸ਼ਾਹ ਮੁਹੰਮਦ ਦੇ ਨਾਲ ਤੇ ਇਸ ਤੋਂ ਇਲਾਵਾ ਜਿਹੜੀ ਕਿ ਸ਼ਾਹ ਮੁਹੰਮਦ ਦੀ ਰਚਨਾ ਹੋਰ ਵੀ ਮਿਲਦੀ ਆ ਕਿੱਸਾ ਸੱਸੀ ਪੁੰਨ ਜਿਹੜੀ ਕਿ ਵੈਂਤਸ਼ਾਨ ਦੇ ਵਿੱਚ ਆ ਜੰਗਨਾਮਾ ਸ਼ਾਹ ਮੁਹੰਮਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੀ ਦਸ਼ਾ ਸਿੱਖ ਆਗੂਆਂ ਦੀ ਗਦਾਰੀ ਤੇ ਤਾਕਤ ਹਥਿਆਉਣ ਲਈ ਆਪਸ ਦੀ ਵਿੱਚ ਹੋਈ ਲੜਾਈ ਸਿੱਖ ਫੌਜ ਦੀ ਆਪੋ ਹਦਰੀਆਂ ਅੰਗਰੇਜ਼ਾਂ ਦੇ ਸਿੰਘਾਂ ਦੀ ਲੜਾਈ ਦੇ ਵਿੱਚ ਵਰਣਨ ਕੀਤਾ ਹੋਇਆ ਤੇ ਇਹਦਾ ਦੁਖਾਂਤਿਕ ਸਮੇਂ ਦਾ ਇਤਿਹਾਸ ਬਹੁਤ ਹੀ ਯਾਦ ਸੰਜਮ ਤਰੀਕੇ ਦੇ ਨਾਲ ਇਹਦੇ ਵਿੱਚ ਬਿਆਨ ਕੀਤਾ ਹੋਇਆ ਤੇ ਜੰਗਨਾਮਾ ਜਿਹੜਾ ਵੈਂਤਸ਼ਾਨ ਦੇ ਵਿੱਚ ਲਿਖਿਆ ਗਿਆ ਬੋਲੀ ਇਹਦੀ ਠੇਠ ਸਰਲ ਤੇ ਸਾਦੀ ਆ ਤੇ ਕਿਧਰੇ ਕਿਧਰੇ ਫਾਰਸੀ ਉਰਦੂ ਤੇ ਅੰਗਰੇਜ਼ੀ ਦੇ ਸ਼ਬਦ ਵੀ ਮਿਲਦੇ ਨੇ ਹਾਂਜੀ ਪਹਿਲਾ ਕੋਸ਼ਨ ਆ ਸ਼ਾ ਮੁਹੰਮਦ ਦੀ ਕਿਹੜੀ ਰਚਨਾ ਤੁਹਾਡੇ ਪਾਠ ਪੁਸਤਿਕ ਦੇ ਵਿੱਚ ਸ਼ਾਮਲਾ ਤਾਂ ਜੰਗਨਾਮਾ ਸ਼ਾ ਮੁਹੰਮਦ ਜਾਂ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਇਹਨਾਂ ਦੇ ਵਿੱਚੋਂ ਤੁਸੀਂ ਇੱਕ ਨਾਮ ਯਾਦ ਕਰ ਸਕਦੇ ਹੋ ਜੰਗਨਾਮਾ ਸ਼ਾ ਮੁਹੰਮਦ ਜਾਂ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਅਗਲਾ ਹੈ ਸ਼ਾ ਮੁਹੰਮਦ ਉਸ ਤੋਂ ਸਦਾ ਡਰੀਏ ਤੁਕ ਵਿੱਚ ਉਸ ਤੋਂ ਕੀ ਭਾਵਾ ਦੋਸਤੋ ਭਾਵਾ ਰੱਬ ਰੱਬ ਤੋਂ ਵੀ ਰੱਬ ਜੋਰਾਵਰ ਹੈ ਭਾ ਕੀ ਸ਼ਕਤੀਸ਼ਾਲੀ ਹੈ ਉਸ ਤੋਂ ਹਮੇਸ਼ਾ ਡਰਨਾ ਚਾਹੀਦਾ ਅਗਲਾ ਹੈ ਜੰਗਨਾਮਾ ਸ਼ਾ ਮੁਹੰਮਦ ਕਿਸ ਸ਼ੰਦ ਦੇ ਵਿੱਚ ਲਿਖਿਆ ਗਿਆ ਤਾਂ ਇਹ ਲਿਖਿਆ ਗਿਆ ਚਾਰ ਤੁਕੇ ਬੈਂਤ ਸ਼ੰਦ ਦੇ ਵਿੱਚ ਚਾਰ ਤੁਕੇ ਬੈਂਤ ਸ਼ੰਦ ਵਿੱਚ ਬੈਂਤ ਸ਼ੰਦ ਦੇ ਵਿੱਚ ਲਿਖਿਆ ਗਿਆ ਚਾਰ ਤੁਕੇ ਦੇ ਵਿੱਚ ਅਗਿਆ ਸ਼ਾਹ ਮੁਹੰਮਦ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜਾਤ ਆਈ ਕਾਤਕ ਦੇ ਵਿੱਚ ਤੀਸਰੀ ਜਾਤ ਤੋਂ ਕੀ ਭਾਵ ਹੈ ਤਾਂ ਤੀਸਰੀ ਜਾਤ ਸੀ ਅੰਗਰੇਜ਼ ਅੰਗਰੇਜ਼ਾਂ ਨੂੰ ਤੀਸਰੀ ਜਾਤ ਕਿਹਾ ਗਿਆ ਅਗਲਾ ਹੈ ਜੰਗਨਾਮਾ ਸ਼ਾਹ ਮੁਹੰਮਦ ਅਨਸਾਰ ਮਹਾਰਾਜਾ ਰਣਜੀਤ ਸਿੰਘ ਨੇ ਕਿੰਨੇ ਸਾਲ ਰਾਜ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ 50 ਸਾਲ ਰਾਜ ਕੀਤਾ 50 ਸਾਲ ਅਗਲਾ ਹੈ ਜੰਗਨਾਮਾ ਸ਼ਾਹ ਮੁਹੰਮਦ ਵਿੱਚ ਸ਼ੇਰ ਸਿੰਘ ਕੌਣ ਸੀ ਤਾਂ ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਪੁੱਤਰ ਸੀ ਮਹਾਰਾਜਾ ਅਨਜੀਤ ਸਿੰਘ ਦਾ ਸਪੁੱਤਰ ਸ਼ੇਰ ਸਿੰਘ ਅਗਲਾ ਹੈ ਜੰਗਨਾਮਾ ਸ਼ਾ ਮੁਹੰਮਦ ਵਿੱਚ ਲੜਾਈ ਮੂਲ ਰੂਪ ਦੇ ਵਿੱਚ ਕਿਹੜੀਆਂ ਕਿਹੜੀਆਂ ਧਿਰਾਂ ਦੇ ਵਿਚਕਾਰ ਦਿਖਾਈ ਗਈ ਆ ਸਿੱਖ ਫੌਜਾਂ ਤੇ ਅੰਗਰੇਜ਼ਾਂ ਵਿਚਕਾਰ ਸਿੱਖ ਫੌਜਾਂ ਤੇ ਅੰਗਰੇਜ਼ਾਂ ਵਿਚਕਾਰ ਅੰਗਰੇਜ਼ਾਂ ਵਿਚਕਾਰ ਦਿਖਾਈ ਗਈ ਹੈ ਅਗਲਾ ਹੈ ਜੰਗਨਾਮਾ ਸ਼ਾ ਮੁਹੰਮਦ ਵਿੱਚ ਕੌਰ ਸਾਹਿਬ ਕੌਣਾ ਤਾਂ ਕੌਰ ਸਾਹਿਬ ਹੈਗਾ ਕਵਰ ਨੌ ਨਿਹਾਲ ਕਵਰ ਨੋ ਨਿਹਾਲ ਜਿਹੜੇ ਕੀ ਕੌਰ ਸਾਹਿਬ ਹੈ ਨੋ ਨਿਹਾਲ ਸਿੰਘ ਨੂੰ ਕੌਰ ਸਾਹਿਬ ਕਿਹਾ ਗਿਆ